ਦੇਸ਼ ਅੰਦਰ ਕਰੋਨਾ ਦੇ ਸੰਕਰਮਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਿੱਥੋਂ ਤੱਕ ਗੱਲ ਪੰਜਾਬ ਦੀ ਔਰ ਅੰਮ੍ਰਿਤਸਰ ਦੀ ਵੀ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਅੰਦਰ ਕਰੋਨਾ ਵਾਇਰਸ ਜਿਹੜੇ ਸੰਕਰਮਣ ਦੇ ਕੇਸ ਵੱਧਦੇ ਜਾ ਰਹੇ ਨੇ। ਸਾਡੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਮੌਜੂਦ ਨੇ। ਸਰ, ਕੀ ਕਾਰਨ ਹੈ ਅੰਮ੍ਰਿਤਸਰ ਵਿੱਚ ਵੀ ਬੀਤੇ ਦਿਨਾਂ ਵਿੱਚ ਵੇਖਣ 'ਚ ਆ ਰਿਹਾ ਕਰੋਨਾ ਦੇ ਕੇਸ ਜਿਹੜੇ ਪੋਜ਼ਿਟਿਵ ਕੇਸ ਵੱਧਦੇ ਜਾ ਰਹੇ? ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਕਲੈਰੀਫਾਈ ਕਰਨਾ ਚਾਹੂੰਗਾ ਕਿ ਜਿਹੜੀ ਰੇਟ ਆਫ ਇਨਕਰੀਜ਼ ਆਫ ਕੇਸਿਸ ਅੰਮ੍ਰਿਤਸਰ ਦੀ, ਉਹ ਦਰ ਘੱਟ ਗਈ ਹੈ, ਵਧੀ ਨਹੀਂ ਹੈ। ਜੇ ਅਸੀਂ ਦੇਖੀਏ ਤਾਂ ਜਦੋਂ ਅੱਜ ਤੋਂ ਜੇ ਤੁਸੀਂ ਇੱਕ ਮਹੀਨਾ ਪਹਿਲਾਂ ਦੇ ਫਿਗਰ ਲਓਗੇ ਤਾਂ ਜਿੰਨੇ ਅੰਮ੍ਰਿਤਸਰ ਦੇ ਵਿੱਚ ਪੋਜ਼ਿਟਿਵ ਕੇਸਿਸ ਸੀਗੇ ਉਹ ਸ਼ਾਇਦ ਬਾਕੀ ਸਾਰੇ ਪੰਜਾਬ ਦੇ ਟੋਟਲ ਪੋਜ਼ਿਟਿਵ ਕੇਸਿਸ ਦੇ ਨਾਲੋਂ ਵੱਧ ਅੰਮ੍ਰਿਤਸਰ ਦੇ ਵਿੱਚ ਸੀਗੇ। ਅੱਜ ਈਵਨ ਹਾਈਐਸਟ ਵੀ ਨਹੀਂ ਹੈਗੇ, ਸੈਕਿੰਡ ਹਾਈਐਸਟ ਵੀ ਇਨ ਦਾ ਸਟੇਟ ਅੰਮ੍ਰਿਤਸਰ ਦੇ ਨਹੀਂ ਹੈਗੇ, ਅੰਮ੍ਰਿਤਸਰ ਦਾ ਫਿਗਰ ਡਾਊਨ ਹੈ। ਸੋ ਇਸ ਗੱਲ ਤੋਂ ਤੁਹਾਨੂੰ ਤਸੱਲੀ ਲੈਣੀ ਚਾਹੀਦੀ ਹੈ ਕਿ ਦਾ ਰੇਟ ਆਫ ਗਰੋਥ ਜਿਹੜਾ ਅੰਮ੍ਰਿਤਸਰ 'ਚ ਉਹ ਘਟਿਆ ਹੈਗਾ ਜੀ। ਦੂਸਰੀ ਗੱਲ ਇਹ ਹੈਗੀ ਹੈ ਜੀ ਕਿ ਇੱਥੇ ਟੈਸਟਿੰਗ ਅਸੀਂ ਬਹੁਤ ਜ਼ਿਆਦਾ ਵਧਾਈ ਹੈ। ਕੱਲ੍ਹ ਦਾ ਮੈਂ ਤੁਹਾਨੂੰ ਦੱਸ ਦੂੰਗਾ ਜੀ, ਕੱਲ੍ਹ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਕਰੀਬਨ 1,250 ਸੈਂਪਲ ਲੈ ਕੇ ਟੈਸਟ ਕੀਤੇ ਗਏ ਹੈਗੇ ਜੀ, ਜਿਹੜੇ ਕਿ ਜੇ ਆਪਾਂ ਦੇਖੀਏ ਕਿ ਜਦੋਂ ਇਹ ਸ਼ੁਰੂ ਹੋਇਆ ਸੀਗਾ ਤਾਂ ਇਹ ਇੱਥੇ ਸਾਡੇ ਕੋਲ ਲੈਬੋਰੇਟਰੀ ਕੋਈ ਨਹੀਂ ਸੀਗੀ, ਸਾਡੇ ਪਹਿਲੇ ਸੈਂਪਲਸ ਪੂਨੇ ਭੇਜਣੇ ਪਏ ਸੀ। ਉਸ ਤੋਂ ਬਾਅਦ ਇੱਥੇ ਟੈਸਟਿੰਗ ਫੈਸਿਲਿਟੀ ਕ੍ਰੀਏਟ ਕੀਤੀ ਗਈ, 300 ਦੇ ਉਹਨਾਂ ਦੀ ਕਪੈਸਿਟੀ ਸੀਗੀ, ਉਹਦੇ ਵਿੱਚ 8 ਜ਼ਿਲ੍ਹੇ ਕਵਰ ਹੁੰਦੇ ਸੀਗੇ। ਸੋ ਅੰਮ੍ਰਿਤਸਰ ਦੇ ਹਿੱਸੇ ਕਿੰਨੇ ਜੀ, 30-40-50 ਕੇਸਿਸ ਆਉਂਦੇ ਸੀ ਸੈਂਪਲ ਲੈਣ ਦੇ, ਅੱਜ ਉਹ ਕਪੈਸਿਟੀ 3,000 ਤੋਂ ਵੀ ਉੱਪਰ ਜਾਈ ਗਈ ਹੈ। ਔਰ ਅੰਮ੍ਰਿਤਸਰ ਦਾ ਉਹਦਾ ਬੜਾ ਵੱਡਾ ਸ਼ੇਅਰ ਉਹਦੇ ਵਿੱਚ ਆ, ਜੇ ਉਹਦੇ ਵਿੱਚੋਂ ਜੇ ਤੁਸੀਂ 3,000 ਦੀ ਕਪੈਸਿਟੀ ਲੈਂਦੇ ਹੋ ਟੋਟਲ, ਉਹਦੇ 'ਚੋਂ 1,250 ਅੰਮ੍ਰਿਤਸਰ ਦੇ ਜਾ ਰਹੇ ਆ, ਤਾਂ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਸ਼ੇਅਰ ਹੈ। ਉਹ 1,250 ਦੇ ਵਿੱਚੋਂ ਜੇ 35 ਕੇਸ ਆ ਰਹੇ ਹੈਗੇ ਆ ਤਾਂ ਉਹਦੀ ਪਰਸੈਂਟੇਜ ਵਾਈਜ਼ ਜੇ ਆਪਾਂ ਦੇਖੀਏ ਤਾਂ ਬਹੁਤ ਘੱਟ ਹੈਗੀ ਅੱਗੇ ਨਾਲੋਂ। ਸੋ ਨੰਬਰ ਆਫ ਸੈਂਪਲ ਜਿਹੜਾ ਹੈਗਾ ਬੜਾ ਇੰਪੋਰਟੈਂਟ ਹੁੰਦਾ ਜੀ, ਕਿਉਂਕਿ ਉਹਦੇ ਨਾਲ ਕੀ ਹੈ ਕਿ ਕਈ ਵਾਰੀ ਜੇ ਸੈਂਪਲ ਹੀ ਘੱਟ ਹੋਣਗੇ ਤਾਂ ਕਈ ਕਿਸੇ ਨੂੰ ਹੋਇਆ ਹੋਇਆ ਸਾਨੂੰ ਪਤਾ ਹੀ ਨਹੀਂ ਲੱਗੂਗਾ ਜੀ, ਅਤੇ ਉਹਦਾ ਜ਼ਿਆਦਾ ਨੁਕਸਾਨ ਹੈ ਜੀ। ਸਗੋਂ ਪਤਾ ਲੱਗ ਜੇ ਪੋਜ਼ੀਟਿਵ ਕੇਸ ਔਨ ਰਿਕਾਰਡ ਆ ਜੇ, ਉਹਦੀ ਕੁਆਰੰਟੀਨ ਹੋ ਜੇ, ਉਹਦੀ ਆਈਸੋਲੇਸ਼ਨ ਹੋ ਜੇ, ਉਹ ਬਿਹਤਰ ਚੀਜ਼ ਹੈ ਜੀ। ਸੋ ਇਸ ਗੱਲ ਦੇ ਵਿੱਚ ਸਾਨੂੰ ਇਹਦੇ ਵਿੱਚ ਘਬਰਾਉਣ ਦੀ ਗੱਲ ਨਹੀਂ ਹੈਗੀ ਆ ਜੀ, ਇਹ ਜਿਹੜੇ ਅੰਕੜੇ ਹੈਗੇ ਆ ਇਹ ਅੱਗੇ ਨਾਲੋਂ ਬਿਹਤਰੀ ਸ਼ੋਅ ਕਰ ਰਹੇ ਆ ਇੱਥੇ ਅੰਮ੍ਰਿਤਸਰ ਦੇ ਵਿੱਚ। ਦੂਸਰੀ ਗੱਲ ਇਹ ਆ ਜੀ ਕਿ ਟੈਸਟਿੰਗ ਸਾਡੀ ਵਧਣ ਨਾਲ ਵੈਸੇ ਵੀ ਇੱਕ ਮੋਰਾਲ ਵੀ ਵੱਧਦਾ ਹੈਗਾ, ਸਾਨੂੰ ਵੈਸੇ ਵੀ ਪਤਾ ਲੱਗ ਜਾਂਦਾ ਵੀ ਕਿੱਥੇ ਸਪਰੈਡ ਹੈਗੀ ਆ, ਜੇ ਹੈਗੀ ਆ ਤਾਂ ਅਸੀਂ ਉੱਥੇ ਦੇ ਕਾਰਵਾਈ ਹੈਲਥ ਡਿਪਾਰਟਮੈਂਟ ਕਰ ਲੈਂਦਾ ਹੈਗਾ। ਜਿਹੜੀ ਟੈਸਟਿੰਗ ਵੈਨ ਜਿਹੜੀ ਹੈ ਮੱਲੇ ਮੱਲੇ ਭੇਜੀ ਜਾ ਰਹੀ, ਪਰ ਉੱਥੋਂ ਲੋਕ ਗੁਰੇਜ਼ ਕਰਦੇ ਨੇ, ਟੈਸਟ ਕਰਵਾਉਣ ਤੋਂ ਵੀ ਗੁਰੇਜ਼ ਕਰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦਾ? ਦੇਖੋ ਜੀ, ਟੈਸਟ ਕਰਾਉਣ ਦੇ ਵਿੱਚ ਕੋਈ ਹਰਜ਼ ਨਹੀਂ ਹੈਗਾ। ਜੇ ਤੁਹਾਡੇ ਆਲੇ ਦੁਆਲੇ ਕਿਸੇ ਨੂੰ ਕੋਈ ਕੇਸ ਹੋਇਆ ਹੈਗਾ, ਆਂਢ ਗੁਆਂਢ 'ਚ ਹੋਇਆ, ਤੁਹਾਡੇ ਮੁਹੱਲੇ 'ਚ ਹੋਇਆ, ਕਿਸੇ ਨੂੰ ਹੋਇਆ, ਤਾਂ ਮੈਂ ਸਮਝਦਾ ਕਿ ਸਾਰਿਆਂ ਨੂੰ ਕਰਾ ਲੈਣਾ ਚਾਹੀਦਾ ਇਤਿਹਾਸ ਦੇ ਤੌਰ 'ਤੇ। ਮੇਰੇ ਸਟਾਫ ਦੇ ਵਿੱਚੋਂ ਕੁਝ ਬੰਦਿਆਂ ਨੂੰ ਪੋਜ਼ਿਟਿਵ ਹੋਇਆ ਸੀਗਾ ਤਾਂ ਮੈਂ ਵੀ ਟੈਸਟ ਕਰਾਇਆ ਜੀ ਆਪਣਾ। ਸੋ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਜੀ, ਟੈਸਟ ਕਰਾ ਲੈਣਾ ਚਾਹੀਦਾ, ਤੁਹਾਨੂੰ ਆਪਣੇ ਦਿਲ ਨੂੰ ਵੀ ਤਸੱਲੀ ਹੋ ਜਾਂਦੀ ਹੈ, ਤੁਹਾਨੂੰ ਵੀ ਪਤਾ ਲੱਗ ਜਾਂਦਾ ਵੀ ਠੀਕ ਆ, ਔਰ ਤੁਹਾਨੂੰ ਇਹ ਵੀ ਤਸੱਲੀ ਹੋ ਜਾਂਦੀ ਆ ਵੀ ਜੇ ਮੈਂ ਠੀਕ ਹਾਂ ਤਾਂ ਮੈਂ ਕਿਸੇ ਹੋਰ ਨੂੰ ਨਹੀਂ ਪਾਸ ਔਨ ਕਰ ਰਿਹਾ, ਕਿਉਂਕਿ ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਵੀ ਆਪਣੇ ਪ੍ਰਤੀ ਵੀ ਹੈ ਅਤੇ ਬਾਕੀ ਦੇ ਸਮਾਜ ਦੇ ਪ੍ਰਤੀ ਵੀ ਹੈਗੀ ਆ। ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਟੈਸਟ ਕਰਾਉਣ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਕੋਈ ਹੋਊਗਾ ਨਹੀਂ ਹੈਗਾ, ਇਹ ਤੁਹਾਡੀ ਬਿਹਤਰੀ ਲਈ ਹੈ ਜੀ, ਔਰ ਆਪਣੀ ਬਿਹਤਰੀ ਲਈ ਸਾਨੂੰ ਇਹ ਜਿਹੜੇ ਆਪਣੀ ਸਿਹਤ ਵਾਸਤੇ ਕਦਮ ਲੈਣੇ ਚਾਹੀਦੇ। ਜਿਸ ਤਰ੍ਹਾਂ ਤੁਸੀਂ ਦੱਸਿਆ ਤੁਹਾਡੇ ਦਫ਼ਤਰ ਦੇ ਵੀ ਕੁਝ ਮੁਲਾਜ਼ਮ ਜਿਹੜੇ ਨੇ ਕਰੋਨਾ ਪੋਜ਼ਿਟਿਵ ਆਏ ਸੀ, ਕਿ ਪਬਲਿਕ ਡੀਲਿੰਗ ਕੀਤੀ ਜਾ ਰਹੀ ਹੈ? ਪਬਲਿਕ ਡੀਲਿੰਗ ਕੀਤੀ ਜਾ ਰਹੀ ਬਟ ਲਿਮਿਟਿਡ ਕੀਤੀ ਜਾ ਰਹੀ ਹੈ ਜੀ। ਮੋਸਟਲੀ ਅਸੀਂ ਇਹ ਇਨਕਰੇਜ ਕਰ ਰਹੇ ਹਾਂ ਕਿ ਔਨਲਾਈਨ ਕਰੋ, ਜੇ ਕੋਈ ਕਿਸੇ ਨੇ ਕੋਈ ਦਰਖਾਸਤ ਦੇਣੀ ਹੈ, ਕਿਸੇ ਨੇ ਕੋਈ ਅਪਲਾਈ ਕਰਨਾ, ਔਨਲਾਈਨ ਅਪਲਾਈ ਕਰੋ, ਉਹਦੇ 'ਤੇ ਕਾਰਵਾਈ ਕੀਤੀ ਜਾਏਗੀ। ਸੋ ਇਹ ਮੇਰੀ ਪਬਲਿਕ ਨੂੰ ਵੀ ਓਪੀਨੀਅਨ ਬੇਨਤੀ ਹੈਗੀ ਆ ਕਿ ਇਹ ਬਿਨਾਂ ਮਤਲਬ ਆ ਕੇ ਇਕੱਠ ਕਰਨ ਦੀ ਜ਼ਰੂਰਤ ਨਹੀਂ ਹੈਗੀ ਆ ਜੀ। ਔਨਲਾਈਨ ਜਿਹੜੀ ਸੁਵਿਧਾਵਾਂ ਤੁਹਾਨੂੰ ਸਰਕਾਰ ਵੱਲੋਂ ਮੁਹੱਈਆ ਕਰਾਈਆਂ ਜਾ ਰਹੀਆਂ, ਉਹਨਾਂ ਦਾ ਪੂਰਾ ਲਾਭ ਉਠਾਇਆ ਜਾ ਰਿਹਾ। ਸਰ, ਤਿਉਹਾਰਾਂ ਦਾ ਸੀਜ਼ਨ ਹੈ ਅਤੇ ਆਉਣ ਵਾਲੇ ਤਿਉਹਾਰਾਂ ਵਿੱਚ ਜਿਹੜੇ ਸੰਡੇ ਵੀ ਆਉਣਗੇ, ਫਿਲਹਾਲ ਤਾਂ ਸੰਡੇ ਬੰਦ ਰੱਖਿਆ ਜਾਂਦਾ ਹੈ, ਅਤੇ ਕਿਆ ਉਸ ਤੋਂ ਰਿਲੈਕਸੇਸ਼ਨ ਦਿੱਤੀ ਹੈ ਕਿ ਸੰਡੇ? ਦੇਖੋ ਜੀ, ਰੱਖੜੀ ਦੇ ਮੌਕੇ ਦੇ ਉੱਤੇ CM ਸਾਹਿਬ ਨੇ ਸਟੇਟਮੈਂਟ ਦਿੱਤੀ ਹੈਗੀ ਆ ਕਿ ਉਹ ਸੰਡੇ ਨੂੰ ਕੁਝ ਜਿਹੜੀਆਂ ਵਿਸ਼ੇਸ਼ ਤੌਰ 'ਤੇ ਜਿਵੇਂ ਮਿਠਾਈ ਦੀਆਂ ਦੁਕਾਨਾਂ ਜਾਂ ਹੋਰ ਆ ਜਿਹੜੀਆਂ ਦੀ ਲੋੜ ਹੁੰਦੀ ਆ ਉਹ ਖੁੱਲ੍ਹੀਆਂ ਜਾਣਗੀਆਂ। ਸੋ ਉਹ CM ਸਾਹਿਬ ਦੇ ਜਿਹੜੇ ਆਰਡਰਸ ਹੈਗੇ ਆ ਉਹਨਾਂ ਦੀ ਪਾਲਣਾ ਕੀਤੀ ਜਾਏਗੀ। ਸਰ, ਲੋਕ ਅੱਜ ਵੀ ਕਰੋਨਾ ਨੂੰ ਜ਼ਿਆਦਾ ਸੀਰੀਅਸ ਨਹੀਂ ਲੈ ਰਹੇ, ਮਾਸਕ ਦੀ ਜੋ ਨਿਯਮ ਤੈਅ ਕੀਤੇ ਗਏ ਨੇ ਪਾਉਂਦੇ ਉਹ ਮਾਸਕ ਨਹੀਂ ਪਾਉਂਦੇ, ਸੋਸ਼ਲ ਡਿਸਟੈਂਸ ਵੀ ਮੇਨਟੇਨ ਨਹੀਂ ਰੱਖ ਪਾਉਂਦੇ, ਕਿਆ ਉਹਨਾਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲੈਂਦੀ ਜਾਊਗੀ? ਬਿਲਕੁਲ ਜੀ, ਦੇਖੋ ਗੱਲ ਇਹ ਹੈ ਕਿ ਵੈਸੇ ਤਾਂ ਇਹ ਲੋੜ ਪੈਣੀ ਨਹੀਂ ਚਾਹੀਦੀ ਜੀ, ਕਿਉਂ ਕਾਰਵਾਈ ਕਰਨੀ ਪਵੇ, ਕਿਉਂਕਿ ਇਹ ਕੋਈ ਇਹ ਤਾਂ ਹੈ ਨਹੀਂ ਗਾ ਜੀ ਕੋਈ ਸਰਕਾਰ ਦਾ ਫਾਇਦਾ ਜੀ ਜਾਂ ਕਿਸੇ ਔਰਗਨਾਈਜੇਸ਼ਨ ਦਾ ਫਾਇਦਾ ਜਾਂ ਮੀਡੀਆ ਦਾ ਫਾਇਦਾ, ਇਹ ਹਰੇਕ ਇਨਸਾਨ ਦਾ ਫਾਇਦਾ ਹੈ। ਹਰੇਕ ਨੂੰ ਆਪਣੀ ਜਾਨ ਪਿਆਰੀ ਹੋਣੀ ਚਾਹੀਦੀ ਹੈ, ਆਪਣੇ ਪਰਿਵਾਰ ਦੀ ਜਾਨ ਪਿਆਰੀ ਹੋਣੀ ਚਾਹੀਦੀ ਹੈ, ਆਪਣੇ ਆਂਢ ਗੁਆਂਢ ਦੀ, ਆਪਣੇ ਸਮਾਜ ਦੀ ਜਾਨ ਪਿਆਰੀ ਹੋਣੀ ਚਾਹੀਦੀ ਹੈ। ਇਹੋ ਜਿਹਾ ਦੀ ਜਿਹੜੀ ਹੈਗੀ ਆ ਬਿਲਕੁਲ ਇਰਰਿਸਪੋਂਸੀਬਲ ਜਿਹੜੇ ਬਿਹੇਵੀਅਰ ਆ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ ਜੀ। ਤਾਂ ਜਿਹੜੀ ਅੱਜ ਮੀਟਿੰਗ ਕੀਤੀ ਉਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਪਾਸ ਰਿਵਿਊ ਕੀਤੇ ਗਏ ਨੇ? ਸਾਰਾ ਜੀ ਓਵਰਆਲ
ਲੋਕਡਾਊਨ ਤੇ ਵੀ ਕੋਈ ਸਟੇਟਸ ਕੀ ਹੈ ਹੁਣ ਲੋਕਡਾਊਨ ਵਧਾਇਆ ਜਾ ਸਕਦਾ ਕਿਉਂਕਿ ਰਿਊਮਰ ਇਹੀ ਫੈਲਿਆ ਵੀ ਲੋਕਡਾਊਨ ਸ਼ਾਇਦ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਫਿਰ ਜਿਹੜਾ ਅੰਮ੍ਰਿਤਸਰ ਪ੍ਰਸ਼ਾਸਨ ਜਿਹੜਾ ਲੋਕਡਾਊਨ ਦੁਬਾਰਾ ਲਾ ਸਕਦਾ ਦੇਖੋ ਜੀ ਇਹ ਡਿਪੈਂਡ ਕਰਦਾ ਇਹ ਸਿਚੁਏਸ਼ਨ ਦੇ ਉੱਤੇ ਕਿ ਕੀ ਹਾਲਾਤ ਜਿਸ ਤਰ੍ਹਾਂ ਬਣਦੇ ਹੈਗੇ ਮੁਤਾਬਕ ਔਨ ਮੈਰਿਟਸ ਜਿਹੜਾ ਹੈਗਾ ਉਹ ਫੈਸਲਾ ਲਿਆ ਜਾਏਗਾ ਇਹ ਸਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਜਿਨ੍ਹਾਂ ਨੇ ਦੱਸਿਆ ਵੀ ਲਗਾਤਾਰ ਪ੍ਰਸ਼ਾਸਨ ਜਿਹੜਾ ਉਹ ਲੋਕਾਂ ਨੂੰ ਅਵੇਅਰ ਕਰ ਰਿਹਾ ਹੈ ਕਿਉਂਕਿ ਜਿੱਥੋਂ ਤੱਕ ਗੱਲ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਬੀਤੇ ਹਫ਼ਤੇ ਅੰਦਰ ਕੁਝ ਕੇਸ ਤਾਂ ਵੱਧ ਰਹੇ ਨੇ ਪਰ ਉਹਨਾਂ ਨੇ ਆਖਿਆ ਵੀ ਕੇਸ ਤਾਂ ਵੱਧ ਰਹੇ ਨੇ ਕਿਉਂਕਿ ਜਿਹੜੀ ਟੈਸਟਿੰਗ ਕਪੈਸਿਟੀ ਉਹ ਵਧਾਈ ਗਈ ਹੈ। ਦੂਜੇ ਪਾਸੇ ਉਹਨਾਂ ਨੇ ਲੋਕਾਂ ਨੂੰ ਇਹੀ ਅਪੀਲ ਕੀਤੀ ਹੈ ਵੀ ਸੋਸ਼ਲ ਡਿਸਟੈਂਸ ਮੇਨਟੇਨ ਰੱਖੋ, ਜੋ ਵੀ ਨਿਯਮ ਤੈਅ ਕੀਤੇ ਗਏ ਨੇ ਉਹਨਾਂ ਨਿਯਮਾਂ ਦੀ ਇਨ ਬਿਲ ਪਾਲਣਾ ਵੀ ਕੀਤੀ ਜਾਵੇ ਤਾਂ ਜੋ ਜਿਹੜੇ ਕੇਸ ਹੁਣ ਕੁਛ ਦਿਨਾਂ ਤੋਂ ਵੱਧ ਰਹੇ ਨੇ ਉਹਨਾਂ ਕੇਸਾਂ 'ਤੇ ਮੁੜ ਤੋਂ ਕਾਬੂ ਪਾਇਆ ਜਾ ਸਕੇ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-9649, 84374-9648। ਸਿਆਸਤ, ਵਪਾਰ, ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਅਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮ।